ਹਾਂਜੀ ਵਧੀਆ ਤੁਸੀਂ ਦੱਸੋ ਹਾਂਜੀ ਕੀ ਕਰੀ ਜਾਂਦੇ ਸੀ ਤੁਸੀਂ ਕੁਝ ਨਹੀਂ ਖੇਤਾਂ ਲਾਇਆ ਸੀਗਾ ਗੇੜਾ ਮਾਰ ਨੌਕਰੀ ਨਾਕਰੀ ਦਾ ਕੀਤਾ ਪਤਾ ਤੁਸੀਂ ਕਿ ਨਹੀਂ ਕੀਤਾ ਨੌਕਰੀ ਦਾ ਪਤਾ ਕੱਲ ਪੋਸਟ ਭਰ ਕੇ ਆਇਆ ਸੀ ਹੁਣ ਦੇਖੋ ਜਦੋਂ ਨਿਕਲਦੀ ਹੈ ਕਾਸ਼ ਤੁਸੀਂ ਜਲਦੀ ਪਤਾ ਕਰ ਲਓ ਫਿਰ ਹੀ ਮੈਂ ਘਰੇ ਗੱਲ ਕਰੂੰਗੀ ਕੋਈ ਨਹੀਂ ਕਰਦਾ ਮੈਂ ਜਲਦੀ ਕੁਛ ਟੈਨਸ਼ਨ ਨਾ ਲਓ ਤੁਸੀਂ ਕੋਈ ਨਹੀਂ ਕਰਦਾ ਮੈਂ ਕੁਛ ਹਾਂਜੀ ਜਲਦੀ ਕਰੋ ਚਲੋ ਠੀਕ ਆ ਫਿਰ ਕਰਦਾ ਗੱਲ ਫਿਰ ਹੀ ਹੋਵੇ ਠੀਕ ਆ ਜੀ ਠੀਕ ਆ मैं तो भाई खेत गेड़ा मारन आया सी मैं क्या बाई को जाए अगे ਉਹ ਆਪਾਂ ਪੋਸਟਾਂ ਨਹੀਂ ਭਰ ਕੇ ਆਏ ਸੀਗੇ ਹਾਂ ਤੇ ਉਹਦੀ ਮੈਂ ਕਿ ਕੋਈ ਮੇਲ ਨਹੀਂ ਆਈ ਤੁਹਾਡੇ ਕੋਲ ਨਹੀਂ ਨਹੀਂ ਕੋਈ ਮੇਲ ਨਹੀਂ ਆਈ ਬਾਈ ਯਾਰ ਕਿਵੇਂ ਯਾਰ ਟੈਨਸ਼ਨ ਦੀ ਚ ਲੱਗਦਾ ਨਹੀਂ ਟੈਨਸ਼ਨ ਤਾਂ ਕੋਈ ਨਹੀਂ ਹੈਗੀ ਆ ਕੋਈ ਗੱਲ ਦੱਸ ਯਾਰ ਮੈਨੂੰ ਬਾਈ ਤੈਨੂੰ ਪਤਾ ਹੀ ਆ ਪ੍ਰੀਤ ਬਾਏ ਪ੍ਰੀਤ ਦਾ ਫੋਨ ਆਇਆ ਸੀਗਾ ਉਹਨੇ ਘਰੇ ਗੱਲ ਕਰਨੀ ਸੀਗੀ ਉਹ ਕਹਿੰਦੀ ਫੇਰ ਹੀ ਘਰੇ ਗੱਲ ਕਰਨ ਦਾ ਫਾਇਦਾ ਜਦ ਕੋਈ ਨੌਕਰੀ ਦਾ ਹੱਲ ਹੋਊਗਾ ਉਹਦੇ ਮੰਮੀ ਡੈਡੀ ਉਹਦੇ ਲਈ ਨੌਕਰੀ ਵਾਲਾ ਮੁੰਡਾ ਲੱਭਦੇ ਆ ਪਰ ਬਾਈ ਤੈਨੂੰ ਪਤਾ ਅੱਜ ਕੱਲ ਨੌਕਰੀਆਂ ਕਿੱਥੇ ਮਿਲਦੀਆਂ ਨੇ ਚੱਲ ਕੋਈ ਨਹੀਂ ਬਾਈ ਟੈਨਸ਼ਨ ਕਰਨੂ ਲੈਣਾ ਆਪੇ ਲੱਗ ਜਾਣਗੇ ਨੌਕਰੀ ਕੋਈ ਨਹੀਂ ਠੀਕ ਆ ਬਈ ਚੱਲ ਠੀਕ ਆ ਬਈ ਕੋਈ ਨਹੀਂ ਮੈਂ ਤਾਂ ਉਹੀ ਪਤਾ ਕਰਨਾ ਹੈ ਸੀ ਚੰਗਾ ਫਿਰ ਚੱਲ ਠੀਕ ਆ ਬਈ ਚੰਗਾ ਠੀਕ ਆ ਬਈ ਓਕੇ ਠੀਕ ਆ ਪਤੰਦਰ ਐਵੇਂ ਹੀ ਟੈਨਸ਼ਨ ਲਈ ਬੈਠਾ ਲੈ ਮੇਰੀ ਗੱਲ ਤਾਂ ਸੁਣੋ ਪਲੀਜ਼ ਗੱਲ ਸੁਣੋ ਮੇਰੀ
ਮੰਗਣਾ ਹੋ ਗਿਆ ਪਰਸੋਂ ਮੇਰਾ ਵਿਆਹ ਦਾ ਤੈਨੂੰ ਕਾਰਡ ਭੇਜਿਆ ਵਟਸਐਪ ਤੇ ਚੈੱਕ ਕਰ ਲੋ ਪ੍ਰੀਤ ਇਹ ਕੀ ਕੀਤਾ ਤੂੰ ਥੋੜਾ ਵੇਟ ਤਾਂ ਕਰ ਲੈਂਦੀ ਸੋਚ ਤਾਂ ਲੈਂਦੀ ਮੇਰੇ ਬਾਰੇ ਕੀ ਕਰ ਲੈਂਦੇ ਤੁਸੀਂ 2 ਸਾਲ ਹੋ ਗਏ ਗੱਲ ਕਰਦੇ ਨੂੰ ਤੁਹਾਡੇ ਤੋਂ ਕੁਝ ਨਹੀਂ ਹੋਇਆ ਇੱਕ ਨੌਕਰੀ ਵੀ ਨਹੀਂ ਲੱਭੀ ਯਾਰ ਹੋਰ ਤਾਂ ਕੀ ਯਾਰ ਤੁਹਾਡੇ ਕੋਲ ਤਾਂ ਇੱਕ ਮੋਟਰਸਾਈਕਲ ਵੀ ਹੈ ਨੀਗਾ ਚੜ੍ਹਨ ਨੂੰ ਮੇਰੇ ਸ਼ੌਂਕ ਤੁਸੀਂ ਕਿੱਥੋਂ ਪੂਰੇ ਕਰ ਦਿੰਦੇ ਮੇਰੇ ਸ਼ੌਂਕ ਯਾਰ ਬਹੁਤ ਵੱਡੇ ਆ ਤੁਹਾਡੇ ਤੋਂ ਨਹੀਂ ਪੂਰੇ ਹੋ ਸਕਦੇ ਸੀ ਮੇਰੇ ਸ਼ੌਂਕ ਤਾਂ ਹੁਣ ਕੈਨੇਡਾ ਜਾ ਕੇ ਪੂਰੇ ਹੋਣਗੇ ਇੱਥੇ ਨਹੀਂ ਹੋਣੇ ਪੂਰੇ ਯਾਰ ਥੋੜਾ ਸੋਚ ਤਾਂ ਲੈਂਦੀ ਮੇਰੇ ਬਾਰੇ ਕੀ ਸੋਚਦੀ ਯਾਰ ਮੈਂ ਬਹੁਤ ਸੋਚਿਆ ਤੁਹਾਡੇ ਬਾਰੇ ਪਰ ਹੁਣ ਨਹੀਂ ਕੁਝ ਹੋ ਸਕਦਾ ਮੇਰੇ ਵੀ ਕੋਈ ਸੁਪਨੇ ਆ ਜੋ ਤੁਸੀਂ ਨਹੀਂ ਪੂਰੇ ਕਰ ਸਕਦੇ ਚਲੋ ਤੁਹਾਨੂੰ ਕਾਰਡ ਭੇਜਦਾ ਪਰਸੋਂ ਮੇਰਾ ਵਿਆਹ ਗਾ ਆ ਜਾਓ ਆਈ ਐਮ ਸੋਰੀ ਮੈਂ ਤੁਹਾਨੂੰ ਗਲਤੀ ਨਾਲ ਪਿਆਰ ਕਰ ਲਿਆ ਜੇ ਮੇਰੀ ਗੱਲ ਤਾਂ ਸੁਣੋ ਕਈਆਂ ਦੀਆਂ ਠੋਕਰਾਂ ਤੋਂ ਬਾਅਦ ਨੌਕਰੀ ਲੱਗ ਹੀ ਗਈ ਆਮ ਸੌਰੀ ਕਿਹੜੀ ਗੱਲ ਦੀ ਸੌਰੀ ਤੂੰ ਮੈਨੂੰ ਮੇਰੇ ਬੁਰੇ ਵਾਸਤੇ ਛੱਡ ਕੇ ਗਈ ਇਸ ਗੱਲ ਦੀ ਸੌਰੀ ਨਾਲੇ ਬਾਈ ਦਾ ਵੇ ਤੇਰਾ ਵਿਆਹ ਹੋ ਗਿਆ ਸੀ ਤੂੰ ਮੈਨੂੰ ਫੋਨ ਕਿਉਂ ਲਾਇਆ ਫਿਰ ਵਿਆਹ ਵਾਲੇ ਦਿਨ ਪਤਾ ਲੱਗਿਆ ਕਿ ਉਹ ਤਾਂ ਪਹਿਲਾਂ ਹੀ ਵਿਆਹਿਆ ਸੀ ਇਸ ਕਰਕੇ ਫਿਰ ਰਿਸ਼ਤਾ ਟੁੱਟ ਗਿਆ ਸੀ ਆਮ ਸੌਰੀ ਚੱਲ ਮੈਂ ਡਿਊਟੀ ਤੋਂ ਲੇਟ ਹੁੰਦਾ ਓਕੇ ਬਾਏ
यार मेनू माफ कर दे प्लीज। किड़ी गल दी माफी यार, जो तू मेरे माड़े समय च नहीं मेरे नाल खड़ सकी, तेनू चंगे समय च खड़न दा मेरे नाल कोई हक नहीं। ठीक आ, फोन कट दे, मेनू अज तो बाद फोन ना लाई बस। ओके हैलो हैलो हाँ जी, सत श्री अकाल जी सारयां नूं। किवें लगी तुहानूं साडी वीडियो, लाइक शेयर कमेंट करके जरूर दस्सिओ, ते आउण वालियां वीडियो देखण लई चैनल नूं कर लिओ सबसक्राइब, ते हरेक वीरवार सुबह 10 बजे वीडियो आया करूगी, सारे जणे चैनल नूं सबसक्राइब कर लिओ।